फिर जदों खालसा पंथ प्रगट हो गया, पंज प्यारे सिंघां तों सीस दी मंग कीती, नीले बाणे नाल लैस करके शस्त्रां नाल त्यार बर त्यार करके फरले सजा के पंज प्यारियां तों अमृत छकिया। फिर खालसा गुरु गुरु खालसा करो मैं अब, जैसे गुरु नानक गुरु अंगद को कीन्यो, ये बचन कीते। खालसा मेरो रूप है खास, खालसे मैं हो करो निवास, खालसा मेरो सज्जन सूरा, खालसा मेरो सतगुर पूरा, खालसा अकाल पुरख की फौज, प्रगटो परमात्म को मौज। आनंदपुर साहब दे विच पंज प्यारे साहब, चार साहबजादे, चाली मुकदे, होर बड़े हठी जपी तपी निहंग सिंह भजंग सिंह कलगी धर दे आसे पासे तैनात रहिंदे ने। एडी सोभा सवा लख दी चौंकी ते चरण रखदे आ पातशाह, हाथी दंद ते हीरियां जड़त बने पलंगे ते विराजमान हुंदे ने तख्ते ताउस ते उपर जिहड़ा चंदवा लग्गिया वो असाम दा राजा लैके आया सी। हीरियां मोतियां जोहरातां लाल पन्निया सब्ज मणियां ना जड़िया होया, चिट्टे रंग दा प्रसादी हाथी महाराज ते चौर साहब करदा, तीर चलाउंदे आ तीर चुक के लिआउंदा, इउं कौतक कर रहे ने पातशाह आनंदपुर साहब च। ਇਹ ਰਚਨਾ ਵੀ ਬਹੁਤਾ ਚਿਰ ਨਾ ਰਹੀ। ਪਹਾੜੀ ਰਾਜੇ ਗੁਰੂ ਘਰ ਦੀ ਸੋਭਾ ਵੇਖ ਕੇ ਮਹਾਰਾਜ ਨੇ ਉਧਰੋਂ ਔਰੰਗਜ਼ੇਬ ਨੇ ਬੈਨ ਕੀਤਾ ਸੀ, ਕੋਈ ਦਸਤਾਰ ਨਹੀਂ ਸਜਾ ਸਕਦਾ, ਇਹ ਆਜ਼ਾਦੀ ਦੀ ਨਿਸ਼ਾਨੀ ਹੈ, ਕੋਈ ਨਗਾਰਾ ਨਹੀਂ ਵਜਾ ਸਕਦਾ, ਇਹ ਆਕੀ ਹੋਣ ਦੀ ਨਿਸ਼ਾਨੀ ਹੈ, ਕੋਈ ਤਲਵਾਰ ਨਹੀਂ ਪਾ ਸਕਦਾ, ਇਹ ਰਾਜ ਦੀ ਨਿਸ਼ਾਨੀ ਹੈ। ਇੱਥੋਂ ਤੱਕ ਕੀਰਤਨ 'ਤੇ ਵੀ ਬੈਨ ਕਰਤਾ ਸੀ, ਪਰ ਕਲਗੀਧਰ ਕਹਿੰਦੇ ਅਸੀਂ ਦਸਤਾਰਾਂ ਵੀ ਦੋ ਸਜਾਵਾਂਗੇ, ਹੇਠਾਂ ਕੇਸਕੀ ਉੱਪਰ ਦਮਾਲਾ, ਅਸੀਂ ਘੋੜਿਆਂ ਤੇ ਚੜਾਂਗੇ, ਸ਼ਿਕਾਰ ਖੇਡਾਂਗੇ, ਨਗਾਰੇ ਵਜਾਵਾਂਗੇ, ਸ਼ਸਤਰ ਪਹਿਨਾਂਗੇ। ਪਹਿਲਾਂ ਤੇ ਸਾਰੇ ਬੈਨ ਸੀ ਜਿਹੜੇ ਉਹ ਤੋੜੇ ਕਲਗੀਧਰ ਨੇ। ਫਿਰ ਜਦੋਂ ਪਹਾੜੀ 'ਚ ਸ਼ਿਕਾਰ ਕਰਨ ਜਾਂਦੇ, ਪਹਾੜੀ ਰਾਜਿਆਂ ਦੇ ਦਿਲ ਹੱਲ ਗਏ, ਉਹਨਾਂ ਨੇ ਕਿਹਾ ਸਾਡਾ ਰਾਜ ਕਬਜ਼ੇ 'ਚ ਕਰਨਗੇ। ਉਹਨਾਂ ਨੇ ਜਾ ਕੇ ਦਿੱਲੀ ਸਰਕਾਰ ਕੋਲੇ ਸ਼ਿਕਾਇਤਾਂ ਕਰਨੀਆਂ ਆਰੰਭ ਕਰਤੀਆਂ, ਕਹਿੰਦੇ ਜੀ ਕਾਬੂ ਕਰੋ, ਗੁਰੂ ਤੇ ਫੌਜਾਂ ਜੋੜ ਰਹੇ ਨੇ, ਉਹਨਾਂ ਨੇ ਤੇ ਸ਼ਸਤਰਾਂ ਦੀਆਂ ਫੈਕਟਰੀਆਂ ਲਾਤੀਆਂ, ਉਹਨਾਂ ਨੇ ਤੇ ਕਿਲੇ ਬਣਾ ਤੇ ਆਨੰਦਪੁਰ ਸਾਹਿਬ 'ਚ, ਇੱਕ ਦਿਨ ਉਹ ਤੁਹਾਡੇ ਦਿੱਲੀ ਦੇ ਤਖ਼ਤ ਨੂੰ ਵੀ ਪੈਣਗੇ, ਇਹਨਾਂ ਦਾ ਕੋਈ ਹੱਲ ਕਰੋ। ਫਿਰ ਔਰੰਗਜ਼ੇਬ ਨੇ ਫੌਜ ਚੜ੍ਹਾਈ, ਪਹਿਲਾਂ ਕਈ ਛੋਟੀਆਂ ਮੋਟੀਆਂ ਲੜਾਈਆਂ ਝੜਪਾਂ ਹੁੰਦੀਆਂ ਰਹੀਆਂ, ਫਿਰ ਜਿਹੜਾ 8-9 ਮਹੀਨੇ ਘੇਰਾ ਪਿਆ ਆਨੰਦਪੁਰ ਸਾਹਿਬ ਨੂੰ,